ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇਰ ਲਈ ਲੈ ਕੇ ਆਏ ਜੀ। 2 ਵਜੇ ਸੂਈਆਂ ਵੀ ਆ ਅਤੇ 1 ਤੋਕੜ ਆ ਅਤੇ 3 ਗੱਭਣਾਂ ਨੇ, ਸੂਣ ਦੇ ਨੇੜੇ ਆ। ਆਓ ਪੁੱਛ ਲੈਂਦੇ ਬਾਈ ਤੋਂ ਡਿਟੇਲ। ਅੱਜ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ? ਵਧੀਆ ਵਧੀਆ ਜੀ, ਕਿਰਪਾ ਮਹਾਰਾਜ ਜੀ। ਵਧੀਆ ਚੱਲਦਾ ਕੰਮ ਕਰ? ਵਧੀਆ ਵਧੀਆ ਜੀ, ਜੇ ਸਹੀ ਕਰਾਂਗੇ ਤਾਂ ਵਧੀਆ ਚੱਲੂ, ਜੇ ਮਾੜਾ ਕਰਾਂਗੇ ਫਿਰ ਨਹੀਂ ਚੱਲਦਾ। ਸਹੀ ਗੱਲ। ਗਾਵਾਂ 'ਤੇ ਆਪਣਾ ਕੰਮ ਬਾਈ? ਹਾਂਜੀ, ਗਾਵਾਂ ਦਾ ਹੀ ਹੈ, ਵਪਾਰ ਦਾ ਕੰਮ ਵੱਧ ਨਹੀਂ ਲਿਆਉਂਦੇ। ਵੱਧ ਨਹੀਂ ਲਿਆਉਂਦੇ, ਗਾਵਾਂ ਹੀ ਚੱਲਦੀਆਂ। ਗਾਵਾਂ ਜੀ, ਗਾਵਾਂ। ਜਰਸੀ ਅਤੇ HF ਕਰਾਓ ਸਨ? ਹਾਂਜੀ, ਸਾਰੇ ਜਿਹੋ ਜਿਹਾ ਮਿਲ ਜੇ ਨਾਗ ਜੀ, ਉਹੋ ਜਿਹਾ ਹੀ ਲੈ ਆਈਦਾ ਆਪਾਂ। ਠੀਕ ਆ ਬਾਈ, ਵੀ ਐਂ ਨਹੀਂ ਗਾ ਵੀ ਆਪਾਂ ਸ਼ਾਹੀਵਾਲ, ਜਰਸੀ ਦੀ ਥੋੜ੍ਹੀ ਜ਼ਿਆਦਾ ਡਿਮਾਂਡ ਆ ਜੀ। ਜਰਸੀ ਬਾਕੀ ਜਰਸੀ ਅਤੇ ਕਰੋਸ ਹੀ ਚੱਲਦੀ ਜੀ, ਅਤੇ ਜਰਸੀ ਅਤੇ ਕਰੋਸ ਹੀ ਆਪਣਾ ਮਾਲ ਆ ਸਾਰਾ। ਠੀਕ ਆ ਬਾਈ। ਹਾਂਜੀ, ਨਾਮ ਅਤੇ ਐਡਰੈਸ ਬੋਲ। ਨਾਂ ਜੀ ਰਿਸ਼ਪਾਲ ਸਿੰਘ, ਪਿੰਡ ਭਿੰਡਰਗਲਾਂ, ਜ਼ਿਲ੍ਹਾ ਮੋਗਾ, ਤਹਿਸੀਲ ਧਰਮਪੁਰ। ਨੇੜੇ ਪਿੰਡ ਬਾਈ? ਨੇੜੇ ਪਿੰਡ ਜੀ, ਜਲਾਲਾਬਾਦ ਲੱਗਦਾ, ਲੋਗੜ ਵੀ ਲੱਗਦਾ, ਦਾਤਾ ਲੱਗਦਾ, ਵਹਿਣੀਵਾਲ, ਕੋਕਰੀ, ਠੀਕ ਹੈ, ਸਾਰੇ ਨੇੜੇ ਨੇੜੇ ਪਿੰਡ ਲੱਗਦੇ। ਮੋਬਾਈਲ ਨੰਬਰ ਬੋਲ? ਮੋਬਾਈਲ ਨੰਬਰ 9460-2856-356। ਠੀਕ ਹੈ, ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ 'ਤੇ ਚੱਲ ਰਿਹਾ, ਨੋਟ ਕਰ ਲਓ ਬਾਈ। ਜਿਹੜੀ ਪਹਿਲੇ ਨੰਬਰ 'ਤੇ ਬੈਠਦੇ ਨੇ, ਕਿਹੜਾ ਸੂਹਾ ਸੂਈ? ਇਹ ਦੂਜੇ ਸੂਹੇ ਸੂਈ ਹੈ ਜੀ, ਇਹਨੂੰ ਮਹੀਨੇ ਦੇ ਉੱਤੇ ਹੋ ਗਿਆ ਬੱਚਾ, ਉੱਥੇ ਬੈਠਾ ਉਹ ਸਾਹਮਣੇ। ਠੀਕ ਹੈ, ਬੱਚਾ ਦਿਖਾ ਦਿਓ। ਬੱਚਾ ਨਾ, ਕੋਈ ਚੱਕਰ ਨਹੀਂ, ਬੱਚਾ ਕਿਉਂ ਮਗਰ? ਬੱਚਾ ਜੀ, ਬੱਚਾ। ਠੀਕ ਆ, ਬੈਠਾ ਹੈ ਨਾ? ਹਾਂਜੀ, ਠੀਕ ਆ, ਬੱਚਾ ਬਾਈ, ਬੱਚਾ ਬਾਈ, ਮਹੀਨੇ ਤੋਂ ਉੱਤੇ ਹੋ ਗਿਆ ਜੀ, ਐਵੇਂ ਆਪਾਂ ਕਹੀ ਜਾਈਏ ਮਹੀਨੇ ਦਾ ਵਾ। ਠੀਕ ਆ, ਉੱਤੇ 5 ਦਿਨ ਲਾ ਲਓ, 10 ਦਿਨ ਲਾ ਲਓ, ਇੰਨਾ ਕਾ। ਠੀਕ ਆ ਬਾਈ। ਹਾਂਜੀ, ਅਤੇ ਦੁੱਧ ਕਿੰਨਾ ਹੋਊ? ਦੁੱਧ ਜੀ ਇਸ ਵੇਲੇ ਹੋਊਗਾ, ਸੀ ਤਾਂ ਜ਼ਿਆਦੇ, ਠੀਕ ਆ, ਗਰਮੀ ਜ਼ਿਆਦੇ ਪੈਣ ਲੱਗੀ, 7-8 ਕਿਲੋ ਮੰਨ ਕੇ ਚਲੋ, ਐਵੇਂ ਦੂਰੋਂ ਬੰਦਾ ਆਵੇ ਮੁੜ ਕੇ ਗਲਤ ਹੋ ਜਾਂਦਾ ਕੰਮ। ਠੀਕ ਹੈ ਬਾਈ, ਜਿੰਨੀ ਕਹੀ ਗੱਲ ਆਪਾਂ ਉੱਨੀ ਕੀ ਕਰ ਦਿੰਦੇ। ਸੀ 9-10 ਕਿਲੋ ਦੁੱਧ। ਚਵਾਈ ਕਿਵੇਂ? ਚਵਾਈ ਉਹ ਕਈ ਪੋਲੀ ਧਾਰਾ, ਕੋਈ ਉਹੋ ਜਿਹੀ ਨਹੀਂ। ਆਰਡਰ ਵੀ ਚੰਗਾ ਹਨਾ? ਹਾਂਜੀ ਹਾਂਜੀ, ਆਰਡਰ ਚੰਗਾ, ਵੀ ਚੰਗਾ ਲੱਗਾ। ਤੇ ਢਿੱਲਾਂ ਪਈਆਂ ਸਵੇਰੇ, ਕਿੰਨੇ ਵਜੇ ਚੋਈ ਸੀ? ਸਵੇਰੇ 7 ਵਜੇ ਚੋਣੇ ਹੁੰਦੇ ਆਪਾਂ। 7 ਵਜੇ, 7 ਤੋਂ 7 ਚੋਣੇ ਨੈਟ। ਜਿਹੜਾ ਹੁਣ ਟਾਈਮ ਆ ਬਈ, ਉਹ ਵਿਖਾ ਦਿੰਦੇ ਹਾਂ, 11:51 ਹੋ ਗਏ, ਉਸ ਹਿਸਾਬ ਨਾਲ ਜੱਜਮੈਂਟ ਕਰਿਓ ਬਈ। ਖੋਲ੍ਹ ਬਈ, ਤੋਰ ਕੇ ਦਿਖਾ ਦੇ। ਸੂਈ ਸਵਾਈ ਬੱਚਾ ਹੈਗਾ ਬਾਈ ਕੋਲੇ, ਅਤੇ ਕੱਦ ਬੈੱਡ ਬੈੱਡਦਾ ਚੰਗਾ, ਥਣ ਬੜਾ ਚੰਗਾ, ਚਵਾਈ ਵੀ ਨੰਬਰ 1, ਫੇਸ ਬੜਾ ਪਿਆਰਾ। ਵੱਡੀ ਗੱਲ ਖਾਸੀਅਤ, ਗਰਮੀ ਨਹੀਂ ਮੰਨਣੀ, ਫੈਂਟ ਚੰਗੀ ਆ, ਉਹ ਦੋਰਾ ਤਾਰਾ ਚੰਗਾ ਬੈੱਡਦਾ। ਠੀਕ ਆ ਬਾਈ, ਮੋੜ ਲਿਆ ਬਾਈ। ਦੁੱਧ ਜਮਾਂ ਚਿੱਟਾ ਹੋ ਗਿਆ? ਠੀਕ ਆ, ਠੀਕ ਆ ਬਾਈ। ਤੇ ਮੁੱਲ ਕੀ ਆ ਭਰਾ ਦਾ? ਮੁੱਲ ਵੀ ਨਾ ਲੈਣ ਦੇਣ ਵਾਲੇ ਕੋਈ ਕਰਨੇ ਆ, ਤੋਂ ਸੰਦਰਾ ਵੀ ਉਹੋ ਜਿਹੇ ਨਹੀਂ ਕਰਨੇ, ਜਿੰਨਾ ਮੁੱਲ ਤਾਂ ਬੜਾ ਯਾਰ ਕਰਾ ਲਾ, 40 ਕਰਾ ਲਾ, 45 ਕਰਾ ਲਾ। ਠੀਕ ਆ ਬਾਈ, ਆਪਾਂ ਇਹ 32,000 ਦੀ ਵੇਚ ਦੇ। ਠੀਕ ਆ, ਮਾਨਦਾਨ ਹੋ ਜੀ, ਵਿੱਚੋਂ ਕਰ ਦਾਂਗੇ ਮਾਨਦਾਨ, ਪਰ ਮੇਰੇ ਹੈ ਰੇਟ ਜਾਇਜ਼ ਹੀ ਹੁੰਦੇ, ਤੁਹਾਨੂੰ ਪਤਾ ਹੀ ਆ। ਮੁੱਲ ਕਰਾਉਣ ਨੂੰ ਜਿਹੜਾ ਬਾਈ ਕਹਿੰਦਾ ਮਰਜ਼ੀ ਕਰਾ ਲਓ, 32,000 ਦੀ ਵੇਚ ਆ ਜਿਹੜੀ ਆਪਾਂ ਦੇ ਦਿਆਂਗੇ ਬਾਈ। ਅੱਗੇ ਵੀਰੇ 2 ਨੰਬਰ, ਕਿਹੜਾ ਸੂਹਾ ਸੂਈ ਵੀ? ਇਹ ਦੂਜੇ ਸੂਹੇ ਸੂਈ ਹੈ, ਮੂੰਹ 6 ਦੰਦ ਆ ਜੀ। ਠੀਕ ਆ, ਇੱਕ ਨੇ ਸੂਈ ਸੀਗੀ, ਇਹਨੂੰ ਅੱਜ ਹੋ ਗਿਆ ਚੌਥਾ ਦਿਨ ਜੀ। ਠੀਕ ਆ, ਵੱਛੀ ਦਿੱਤੀ ਸੀਗੀ, ਵੱਛੀ ਸੀਗੀ ਬਾਹਲੀ ਵਧੀਆ। ਠੀਕ ਆ, ਮੰਨ ਕੇ ਚਲੋ, ਉਹਨਾਂ ਨੇ ਦੱਸਿਆ ਸੀਗਾ ਵੀ 3,000 ਦੇ ਟੀਕੇ ਭਰਾਏ ਸੀ 2। ਠੀਕ ਆ, ਤੇ ਵੱਛੀ ਗਈ ਮਰਜ਼ੀ ਕਰ ਲੈਣ। ਠੀਕ ਆ, ਵੀਡੀਓ ਵੀ ਮੇਰੀ ਬਣਾ ਕੇ ਰੱਖੀ ਆ, ਤੇ ਗਾਂ ਦਾ ਵੀ ਉਹ ਆਪਣੇ ਕੋਲ ਵੀਡੀਓ ਹੈਗੀ ਆ ਵੀ ਬਣੀ ਹੋਈ। ਠੀਕ ਆ ਬਾਈ, ਤੇ ਇਸ ਵਕਤ ਬੋਲਾ ਮੰਨ ਕੇ ਚਲੋ 13-14 ਵਜੇ। ਠੀਕ ਆ ਜੀ, ਇੰਨਾ ਬੋਲਾ ਹੈਗਾ, 13-14 ਦੇ ਚਾਰ। ਹਾਂਜੀ ਹਾਂਜੀ, ਠੀਕ ਆ ਬਾਈ, ਆਰਡਰ ਚੰਗਾ, ਥਣ ਬੜਾ ਚੰਗਾ, ਚਵਾਈ ਕਿਵੇਂ ਆ? ਚਵਾਈ ਪੋਲੀ ਹੈ, ਜਿਵੇਂ ਰੂੰ ਵਰਗੀ ਹੈ। ਕੱਲਾ ਕੱਲਾ ਥਣ, ਪੂਰੀ ਵੇਥੀ ਦੇ ਥਣ, ਗੁਲਾਬੀ ਥਣ। ਖੋਲ੍ਹ ਦੇ ਬਾਈ, ਤੋਰ ਕੇ ਦਿਖਾ ਦੇ। ਆਰਡਰ ਬਹੁਤ ਚੰਗਾ ਬਾਈ, ਠੰਡੀ ਆਉਂ ਚਵਾਈ? ਠੰਡੀ ਠੰਡੀ ਵੀਰੇ, ਮੈਂ ਉਵੇਂ ਨਿਆਣਾ ਪਾ ਕੇ ਝੋਲੀ ਮੂਹਰੇ ਦਾਣਾ ਸੁੱਟ ਕੇ। ਠੀਕ ਆ, ਵੀ ਹਿੱਲੀ ਨਹੀਂ ਭੋਰਾ ਵੀ। ਠੀਕ ਆ, ਹਾਂ ਕਰਦੀ ਆਉਂ। ਠੀਕ ਆ, ਫੇਸ ਚੰਗਾ ਬਾਈ, ਲੋਨ ਨੂੰ ਬੜਾ ਬਚਾ ਲਾ ਦਿੰਦੇ। ਹਾਂਜੀ, 25 ਰੋੜਾ ਆਪਾਂ ਜਿੰਨੀ ਕਰ ਮਹਾਰਾਜ ਨੇ ਸਾਡਾ ਵੀ ਦਿੱਤਾ, ਉਹਨੇ ਬਹੁਤ ਆ।
ਸਹੀ ਗੱਲ ਹੈ ਬਾਈ। ਹਾਂਜੀ ਚਵਾਈ ਬਾਈ ਕਹਿੰਦਾ ਨੰਬਰ ਵਨ, ਮਾੜੀ ਜਿਹੀ ਝਾਟ ਪਾ ਲਾ ਬਹਿ ਜਾ, ਠੰਡੀ ਸੀ ਲਾ ਨਿਆਣਾ ਪਾ ਲਾ, ਕੋਈ ਚੱਕਰ ਨਹੀਂ, ਅਤੇ ਥਣ ਬੜਾ ਚੰਗਾ, ਫੇਸ ਬੜਾ ਚੰਗਾ, ਬੋਦੀ ਬਾਦੀ ਬਹੁਤ ਚੰਗੀ ਹੈ, ਰੰਗ ਰੂਪ ਚੰਗਾ, ਕੱਦ ਬਿੱਡ ਵੀ ਚੰਗਾ। ਮੁੱਲ ਕੀ ਅੰਕਲ ਇਹਦਾ? ਠੀਕ ਆ ਬਾਈ, ਸਤਵੰਜਾ ਹਜ਼ਾਰ ਦੀ ਬਾਈ ਕਹਿੰਦਾ ਬੈਠ ਆ ਜਿਹੜੀ ਆਪਾਂ ਦੇ ਦਾਂਗੇ, ਮੁੱਲ ਜਾਇਜ਼ ਹੀ ਕਰਦੇ ਹਾਂ ਬਾਈ, ਕਹਿੰਦਾ ਵਿੱਚੋਂ ਮਾਨਧਨ ਜ਼ਰੂਰ ਹੋ ਜਾਊਗਾ। ਅੱਗੇ ਬਾਈ ਤਿੰਨ ਨੰਬਰ, ਕਿੰਨੇ ਬੋਲੇ ਤੇ ਆਉਣੇ? ਗਿਆਰਾਂ ਬਾਰਾਂ ਕਿਲੋ ਹੋਊਗਾ ਜੀ ਇਹਦਾ। ਨੈਟ ਤਿਆਰ ਹੈ? ਨੈਟ ਤਿਆਰ ਹੈ ਜੀ, ਪਣਾ ਦੋ ਟਾਈਮ ਚੋ ਵੀ ਚਾਰ ਟਾਈਮ ਚੋ। ਬਾਕੀ ਇਹ ਗੱਲ ਆ ਬਰਾੜਾ ਦਾ ਪੰਜਾ ਕੱਦ ਚੰਗਾ, ਸੂਈ ਸਵਾਈ ਬੜ, ਖਾਣ ਹੋਣਾ ਚਾਹੀਦਾ, ਫੇਸ ਬੜਾ ਚੰਗਾ, ਬੋਦੀ ਬਾਦੀ ਚੰਗੀ ਆ, ਰੰਗ ਰੂਪ ਚੰਗਾ, ਬਾਕੀ ਤੋਰਾ ਤਾਰਾ ਬੈਠਦਾ ਚੰਗਾ ਗਾ। ਕੀ ਮੁੱਲ ਅੰਕਲ ਇਹਦਾ? ਬਹੁਤ ਚੰਗਾ ਥਾਣਾ ਬਾਈ, ਮੁੱਠੀ ਵਾਲਾ ਥਾਣ, ਕੱਲਾ ਕੱਲਾ, ਸਹੀ ਗੱਲ ਆ। ਮੁੱਲ ਕੀ ਅੰਕਲ ਇਹਦਾ? ਠੀਕ ਆ, ਮੁੱਲ ਬਈ 48,000 ਰੁਪਇਆ। ਨਹੀਂ ਗੱਲ ਸਹੀ ਆ, ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ, 48,000 ਦੀ ਬੈਠ ਦੇ। ਥਾਣ ਦੇਖੋ, ਥਾਣ ਬੜਾ ਕਮਾਲ ਦਾ, ਗੁਲਾਬੀ ਥਾਣ, ਇੱਕ ਨੰਬਰ ਚੀਜ਼ ਆ ਯਾਰ, ਕੋਈ ਉਹੋ ਜਿਹੀ ਗੱਲ ਕਿੰਨੇ ਦਿਨ ਲੈਂਦੀ ਹੈ? ਤਿੰਨ ਤੋਂ ਚਾਰ ਦਿਨ ਬਾਈ ਕਹਿੰਦਾ ਖੁੱਲੇ ਲੈ ਜੂ, ਕੱਚੀ ਕੱਚੀ ਆ, ਦਿਨ ਲੈਂਦੀ ਆ। ਆਰਡਰ ਆ ਜਿਹੜਾ ਬੜਾ ਕਮਾਲ ਦਾ, ਸੋਹਣਾ ਆਰਡਰ ਕਰਨ ਵਾਲੀ ਤਿਆਰ ਕਰ ਦਿੰਦੇ, ਫੇਸ ਬੜਾ ਪਿਆਰਾ, ਹਨਾ ਫੇਸ ਬੜਾ ਵਧੀਆ। ਬਾਕੀ ਛੋਟੀ ਜੀ ਨੀ, ਅਗਲਾ ਪੰਜਾਬ ਪੰਜਾਬ ਵਾਲੀ ਜਰਸੀ ਆ, ਹਿਮਾਚਲ ਵਾਲੀ ਨਾ ਨੀ ਸਮਝ ਲਓ ਵੀ, ਅਗਲਾ ਕਹਿੰਦਾ ਯਾਰ ਉਹ ਤਾਂ ਭੋਰਾ ਹੁੰਦੀਆਂ ਵਾ। ਸਹੀ ਗੱਲ ਆ ਬਾਈ, ਸਹੀ ਗੱਲ ਆ। ਜੇ ਐਡੀ ਮਿਹਣਦੇ ਨੇ 18-20 ਕਿਲੋ ਨਾ ਚਵਾਇਆ, ਫਿਰ ਤੁਹਾਡਾ ਡਾਕਟਰ ਲਓ ਕਿਹੜੀ ਫਿਰ? ਤੋਰਾ ਤਾਰਾ ਰੰਗ ਰੂਪ ਵੱਡੀ ਖਾਸੀਅਤ, ਗਰਮੀ ਇਹਨੇ ਵੀ ਨਹੀਂ ਮੰਨੀ, ਫੈਂਡ ਫੂੰਡ ਕਰਨ ਵਾਲੀ ਦੀ ਫੁੱਲ ਚੰਗੀ ਹੋ, ਤੋਰਾ ਤਾਰਾ ਕਮਾਲ, ਆਰਡਰ ਬੜਾ ਚੰਗਾ, ਥਣ ਬੜਾ ਕਮਾਲ ਦਾ ਲੱਗਿਆ, ਮੁੱਠੀ ਵਾਲਾ ਥਣ ਹੋਇਆ ਪਿਆ। ਹਾਂ ਜਿੱਦ ਦੀ ਆਣ ਕੇ ਦਿਖਾਇਓ, ਦੇਖਿਓ ਥਣ ਕਿੰਨਾ ਵਧੀਆ ਦੇਖ ਲੈ, ਦੋਨੇ ਪਾਸ ਜਿਵੇਂ ਮਰਜ਼ੀ ਆ, ਜਿੱਦ ਦੀ ਮਰਜ਼ੀ ਫੜ ਦੇਖ, ਕਿੰਨਾ ਵਧੀਆ ਥਣ, ਕੀ ਬਾਤ ਆ ਬਾਈ। ਮੱਝ ਨਾਲੋਂ ਵੀ ਜ਼ਿਆਦਾ ਵੱਡਾ ਥਣ ਥੋੜਾ ਲੱਗਾ, ਨਾੜਾ ਨੂੜਾ ਵੀ ਫੁੱਲ ਆ, ਪੂਰੀਆਂ ਐਨ ਯਾਰ। ਆਰਡਰ ਮੈਂ ਕਹਿੰਦਾ ਸੋਹਣਾ ਆਰਡਰ ਤਿਆਰ ਕਰਦੇ ਨੇ, ਕੱਚੀ ਕੱਚੀ ਆ ਲੈ,
ਦਿਨ ਹਜੇ ਲੈਂਦੀ ਆ, ਉਹਦੇ ਨਾਲ ਆਰਡਰ ਵਧੀਆ ਦੇ। ਤੇ ਕੀ ਮੁੱਲ ਆ ਜੀ ਇਹਦਾ? ਡਾਕਟਰ ਬੋਲ ਲੈਣਾ ਜਿਹੜਾ ਹੀ ਕਰਨਾ, ਐਡੀ ਐਡੀਆਂ ਬੱਛੀਆਂ ਦਾ ਆਪਣਾ 60 ਕਰ ਲਾ, 65 ਕਰ ਲਾ, ਹਾਂਜੀ 50,000 ਦੀ ਬੱਛੀ ਦੇ ਲਾ। ਠੀਕ ਆ, 50,000 ਰੁਪਇਆ ਮੁੱਲ ਆ, ਮਾਨ ਤਾਣ ਜਿਹੜਾ ਮੌਕੇ 'ਤੇ ਜ਼ਰੂਰ ਹੋ ਜੂਗਾ। ਚੰਗੀ ਆ ਵੜ ਬਈ, ਥਣ ਲੇਵਾ ਬੜਾ ਕਮਾਲ, ਮੁੱਠੀ ਵਾਲਾ ਥਣ, ਇਕੱਲਾ ਇਕੱਲਾ ਥਣ, ਕੱਚੀ ਕੱਚੀ ਆ, ਦਿਨ ਲੈਂਦੀ ਆ, ਆਰਡਰ ਕਰਨ ਵਾਲੀ ਸਮਾਂ ਦੇ ਆ। ਅੱਛਾ, ਜੇ ਪਾਸ ਕਰਕੇ ਲੈਂਦੀ ਉਨੀ ਤਾਂ ਸਾਡਾ ਘਰ ਵਾਲਾ ਪਾਸ ਨਹੀਂ ਕਰਦਾ, ਜਿੰਨਾ ਆਪਾਂ ਕਿਲੋ ਦੁੱਧ ਕੱਢ ਕੇ ਲਿਆਂਦੀ। ਐਂ ਨਹੀਂ ਬੋਲੀ ਆ। ਠੀਕ ਆ ਅੰਕਲ, ਅੱਗੇ 5 ਨੰਬਰ ਕਿਹੜਾ ਸੂਆ ਸੁਣਦੀ ਹੈ? ਇਹ ਦੂਜਾ ਸੂਆ ਸੁਣਦੀ ਹੈ, ਮੂੰਹ 6 ਦਾ ਹੁੰਦਾ ਜੀ। ਦੂਜਾ ਸੂਆ ਆ ਬਾਈ ਯਾਰ ਜੀ, ਇਹਦਾ ਕਲਰ ਦੇਖ ਲਓ ਤੇ ਉਹ ਹੋਰ ਕਲਰ ਚ ਆ ਜਾਂਦੀ ਆ। ਹਾਂਜੀ, ਬਲੈਕ ਗੋਲਡਨ ਜੇ ਚ। ਹਾਂ, ਇਹ ਸਾਡੇ ਕੋਲ ਦੇਖੋ ਇਹ ਕੀ ਕੁਆਲਟੀ ਹੈ ਜੀ? ਚਮਕ ਬਹੁਤ ਆ, ਚਮਕ ਬਾਲੀ ਤਕੜੀ ਹੈ, ਬਾਲੀ ਤਕੜੀ ਚਮਕ। ਬਾਕੀ ਉਹ ਵੀ ਬੱਚਾ ਹੀ ਆ ਜੀ, ਬੱਚਾ ਹੀ ਹੈ, 6 ਦਾ ਦੀ ਆ ਬੱਚੀ, ਮੂੰਹ 6 ਦਾ ਦਾ। ਫੇਸ ਬੜਾ ਪਿਆਰਾ, ਬੋਦੀ ਬਾਦੀ ਬਹੁਤ ਚੰਗੀ ਆ, ਟੂਆ ਟੂਆ ਬਹੁਤ ਚੰਗਾ ਪੈਂਦਾ। ਆਰਡਰ ਬਾਈ ਬੜਾ ਕਮਾਲ ਆ, ਸੋਹਣਾ ਆਰਡਰ ਕਰਨ ਵਾਲੀ ਦਾ, ਇਕੱਲਾ ਇਕੱਲਾ ਥਣ, ਮੁੱਠੀ ਵਾਲਾ ਥਣ, ਗੁਲਾਬੀ ਥਣ ਆ ਬਾਈ। ਉਹਨਾਂ ਨੇ ਪਹਿਲੇ ਸੂਏ ਦਾ ਦੱਸਿਆ ਸੀ 16 ਕਿਲੋ ਚੋਇਆ ਵਾ। 16 ਕਿਲੋ ਚੋਇਆ, ਹਾਂਜੀ। ਠੀਕ ਆ, ਆਪਾਂ ਇੱਥੋਂ ਲੋਕਲ ਹੀ ਲਈਏ ਬੱਚੀ। ਫੇਸ ਬੜਾ ਪਿਆਰਾ, ਚਮਕ ਬਹੁਤ ਆ, ਕੱਦ ਵੱਡ, ਥਣ ਲੇਵਾ ਬੜਾ ਕਮਾਲ ਆ, ਬਾਕੀ ਤੋਰਾ ਤਾਰਾ ਚੰਗਾ ਪਿਆ। ਮੁੱਲ ਕੀ ਅੰਕਲ ਇਹਦਾ? ਮੁੱਲ ਜਮਾ ਜਾਇਜ਼ 55,000 ਰੁਪਇਆ, ਬਾਕੀ ਜਿਹੜਾ ਮੌਕੇ ਤੇ ਬਈ ਮਾਨ ਤਾਣ ਜ਼ਰੂਰ ਹੋ ਜਾਊਗਾ। ਕੱਦ ਵੱਡ, ਰੰਗ ਰੂਪ, ਥਣ ਥੁਣ ਬੜਾ ਕਮਾਲ ਦਾ, ਢੱਲਾ ਢੁੱਲਾ ਚੰਗੀਆਂ ਨੇ, ਥਣ ਬੜਾ ਕਮਾਲ ਦਾ ਲੱਗਿਆ, ਮੁੱਠੀ ਵਾਲਾ ਥਣ, ਇਕੱਲਾ ਇਕੱਲਾ ਥਣ ਆ ਬਾਈ, ਪੂਰੀ ਪੋਲੀ ਧਾਰ ਆ ਯਾਰ, ਜਮਾ ਕੋਈ ਡਾਕਟਰ ਹੋਵੇ ਨਹੀਂ। ਠੀਕ ਆ, ਬਾਕੀ ਜੈਸੀਆਂ ਮੈਂ ਵੀ ਨਹੀਂ ਦਈਆਂ, ਦੋ ਹੀ ਮਿਲੀਆਂ ਬਸ। ਸਹੀ ਗੱਲ ਆ ਬਾਈ, ਬਹੁਤ ਭਾਈਆਂ ਭੂਈਆਂ ਕਿੱਥੇ ਮਿਲਦੀਆਂ। ਠੀਕ ਆ, ਦੋ ਕੱਲ ਸੀਗੀ ਉਹ ਵੈਗੀਆਂ ਜੀ, ਇਹ ਸ਼ਾਹੀਵਾਲ ਸੀਗੀ ਇੱਕ ਆਈ। ਠੀਕ ਆ, ਬੱਛੀ ਤੇ ਇੱਕ ਜੈਸੀ ਸੀਗੀ, ਉਹ ਹੋਰ ਵੈਗੀ ਉਹ। ਅੱਗੇ ਲਾਸਟ ਅੰਕਲ 6 ਨੰਬਰ, ਲਾਸਟ ਜੀ ਇਹ ਗੱਭਣ ਆ, ਸ਼ਾਹੀਵਾਲ ਆ ਬੱਛੀ। ਠੀਕ ਆ, ਇਹ ਹੈਗੀਆਂ 7 ਮਹੀਨੇ ਤੇ 20 ਦਿਨਾਂ ਦੀ ਹੈ। 7 ਮਹੀਨੇ 20 ਦਿਨ, ਹਾਂ। ਡਾਕਟਰ ਲਿਆ ਵੀ ਚੈੱਕ, ਦੁੱਧੋਂ ਡਰਾਈ ਹੈ, ਦੁੱਧੋਂ ਡਰਾਈ ਹੈ, ਹਾਂਜੀ। ਠੀਕ ਆ, ਆਪਣੇ ਖਾਸਮੇ ਤਾਂ ਕੋਈ ਨਾ ਦੀ ਵੈੜ ਆਪਾਂ। ਠੀਕ ਆ, ਖੋਲ ਦੋ ਮੜੀ, ਦੂਰ ਕਰੇ ਕਰੀ, ਰਾਜੀ ਬਹੁਤ ਹੈ ਨਾ, ਪੂਰੀ ਕੁਆਲਿਟੀ ਵਾਲੀ ਯਾਰ ਬੱਚੀ, ਆਪਾਂ ਮਾੜਾ ਪੱਧਰ ਨਹੀਂ ਲੈਂਦੇ ਥੋੜਾ ਜਿਹਾ। ਠੀਕ ਆ, ਪੈਸੇ ਤਾਂ ਜ਼ਰੂਰ ਅਗਲੇ ਨੂੰ ਲੱਗਦੇ ਉਹਦੇ ਵੀ ਥੋੜੇ ਜਿਹੇ, ਪਰ ਜਦੋਂ ਮਾੜਾ ਪਸ਼ੂ ਬਿਮਾਰ ਹੋਇਆ ਖੜਾ ਰਿਹਾ, ਫਾਇਦਾ ਕੀ? ਫਾਇਦਾ ਕੀ? ਆ ਦੇਖੋ ਮੱਝ ਨਾਲੋਂ ਵੀ ਜ਼ਿਆਦਾ ਰਾਜੀ ਆ ਬੱਚੀ। ਫੇਸ ਬੜਾ ਪਿਆਰਾ, ਬੋਦੀ ਬਾਦੀ ਚੰਗੀ ਹੈ, ਰੰਗ ਰੂਪ ਬਹੁਤ ਚੰਗਾ, ਤੇ ਰਾਜੀ ਰੂਜੀ ਫੁੱਲ ਆ, ਢੱਲਾਂ ਢੁੱਲਾਂ ਬਹੁਤ ਪਈਆਂ, ਦੁੱਧ ਚਾਲੀ ਕਰਾ ਲੋ, 45 ਕਰਾ ਲੋ, 35,000 ਦੀ ਬੈਡ ਆ ਜਿਹੜੀ ਆਪਾਂ ਦੇ ਰਹੇ। ਠੀਕ ਆ, ਗਰਮੀ ਕਰਕੇ ਲੈ ਕੇ ਆਈ ਸ਼ਾਮ ਤੇ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ।